ਲਓ ਜੀ ਅਸੀਂ ਪਹੁੰਚ ਗਏ ਜੀ ਲਾਂਟੇ, ਧਿਆਨ ਨਾਲ ਸੜਕ ਕ੍ਰਾਸ ਕਰਿਓ। ਹੈਲੋ ਭਾਜੀ, ਇੱਧਰ ਤਾਂ ਫੋਰਨ ਤੋਂ ਉੱਪਰ ਹੋਇਆ ਵਾ ਕੰਮ, ਇਹ ਸਹੀ ਗੱਲ ਹੈ, ਫੋਰਨ ਤੋਂ ਵੀ ਉੱਪਰ। ਆਪਣੇ ਪੰਜਾਬੀ ਭਰਾਵਾਂ ਕੋਲੋਂ ਖਾਇਆ ਪੀਆ ਕਰੋ, ਸਹੀ ਗੱਲ ਹੈ ਨਾ। ਡਿਸਕ੍ਰਿਮੀਨੇਸ਼ਨ ਆਪਣੇ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬੀ ਨੂੰ ਪ੍ਰਮੋਟ ਕਰਦੇ ਆ ਬਈ ਆਪਣੇ। ਹਾਂਜੀ, ਤੇ ਹੁਣ ਅਸੀਂ ਉੱਥੋਂ ਆ ਗਏ ਸੀ ਹੈ ਨਾ, ਤੇ ਹੁਣ ਅਸੀਂ ਸੋਚਿਆ ਵੀ ਐਂ ਕਰਦੇ ਹਾਂ ਵੀ ਲਾਂਟੇ ਮਾਲ ਚੱਲਦੇ ਹਾਂ, ਕਦੀ ਗਏ ਨਹੀਂ ਹੈਗੇ, ਦੇਖ ਆਉਂਦੇ ਹਾਂ ਉਹ ਵੀ ਹੈ ਨਾ, ਵੀ ਕਿੱਦਾਂ ਦਾ ਹੈ ਨਾ, ਕਿੱਦਾਂ ਦਾ ਉਹਦੇ ਐਕਸਪੀਰੀਅੰਸ ਆਪਣਾ ਕਿੱਦਾਂ ਦਾ ਰਹੇਗਾ। ਹਾਂ, ਸਭ ਤੋਂ ਵੱਡਾ ਸੱਤਵੇਂ ਸਥਾਨ ਤੇ ਹੈ ਮਾਲ, ਐਡਾ ਵੱਡਾ ਮਾਲ। ਚਲੋ ਦੇਖਦੇ ਹਾਂ ਅੱਜ ਕਿੱਦਾਂ ਦਾ ਰਹਿੰਦਾ ਐਕਸਪੀਰੀਅੰਸ ਹੈ ਨਾ ਮਾਲ ਦਾ। ਤੇ ਆਪਾਂ ਗੱਡੀ ਪਾ ਲਈ ਉੱਧਰ ਨੂੰ, ਮੈਪ ਲਾ ਲਿਆ ਹੋਇਆ ਹੈ ਨਾ, ਤੇ ਬਸ ਲਾਈਟਾਂ ਦਾ ਇੱਥੇ ਚੱਕਰ ਹੈ, ਲਾਈਟਾਂ ਪਲ ਪਲ ਤੇ ਲਾਈਟਾਂ ਨੇ, ਤੇ ਰੋਕ ਰੋਕ ਕੇ ਜਾਣਾ ਪੈਣਾ। ਤੇ ਸਪੀਡ ਲਿਮਿਟ ਹੈਗੀ 60 ਦੀ, ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, 60 ਤੋਂ ਉੱਪਰ ਚਲਾ ਨਹੀਂ ਸਕਦੇ। ਪੂਰੇ ਪੰਜਾਬ 'ਚ ਹੋਣਾ ਚਾਹੀਦਾ, ਮੈਂ ਕਹਿੰਦਾ ਜਿੱਥੇ ਜਿੱਥੇ ਸ਼ਹਿਰ ਹੈ, ਸਿਰਫ ਹਾਈਵੇ ਹੈ ਨਾ ਜਿਹੜੇ ਜਿਹੜੇ, ਹਾਂ ਬਸ ਨੈਸ਼ਨਲ ਹਾਈਵੇ ਤੇ ਨਹੀਂ ਹੋਣੀ ਚਾਹੀਦੀ ਸਪੀਡ ਲਿਮਿਟ, ਉੱਥੇ ਇੱਥੇ ਤਾਂ ਹੋਣੀ ਚਾਹੀਦੀ ਹੈ, ਉੱਥੇ ਵੀ ਹੋਣੀ ਚਾਹੀਦੀ। ਵੈਸੇ ਉੱਥੇ 100 ਤੋਂ ਉੱਪਰ ਨਹੀਂ ਜਾਣੀ ਚਾਹੀਦੀ ਗੱਡੀ, ਨਹੀਂ ਨੈਸ਼ਨਲ ਹਾਈਵੇ ਤੇ 80 ਤੱਕ, 80 ਜਾਂ 100 ਤੱਕ, ਹਾਂ ਨਹੀਂ ਫਿਰ ਵੀ 100 ਤੱਕ, ਵੱਡੇ ਹਾਈਵੇ ਤੇ 100 ਤੱਕ ਚੱਲ ਜਾਂਦੀ ਹੈ। ਹਾਂਜੀ, ਤੇ ਲਾਂਟੇ ਮਾਲ ਪਹੁੰਚ ਚੁੱਕੇ ਹਾਂ, ਤੇ ਇੱਕ ਗੱਲ ਇੱਥੇ ਦੀ ਇਹ ਲੱਗੀ ਵੀ ਇੱਥੇ ਪਾਰਕਿੰਗ ਇਹਨਾਂ ਨੇ ਜਿਹੜੀ ਮਾਲ ਵਾਲੀ ਪਾਰਕਿੰਗ ਉਹ ਬੰਦ ਕੀਤੀ ਹੋਈ ਹੈ, ਹੈ ਤੇ ਆਹ ਮੈਨੂਅਲ ਪਾਰਕਿੰਗ ਹੈ। ਤੇ ਇੱਥੇ ਹੁਣ ਦੇਖਦੇ ਹਾਂ, ਜਗ੍ਹਾ ਹੀ ਨਹੀਂ ਮਿਲਦੀ ਵੀ ਲਾਣੀ ਕਿੱਥੇ ਹੈ ਗੱਡੀ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਚੱਲ ਯਾਰ ਇੱਥੇ ਲਾ ਦੀ, ਇੱਥੇ ਲਾ ਦੇ। ਚੱਲ ਲਓ ਜੀ ਅਸੀਂ ਪਹੁੰਚ ਗਏ ਜੀ ਲਾਂਟੇ, ਧਿਆਨ ਨਾਲ ਸੜਕ ਕ੍ਰਾਸ ਕਰਿਓ, ਕ੍ਰਾਸ ਕਰਿਓ। ਮਨਪ੍ਰੀਤ ਕਹਿੰਦੀ ਇੱਥੇ ਤਾਂ ਕੁੜੀਆਂ ਪਾ ਕੇ ਆਈਆਂ ਅਲੱਗ ਅਲੱਗ ਡਰੈੱਸਾਂ, ਤੇ ਮੈਂ ਸੂਟ ਪਾ ਕੇ ਆਈ ਹਾਂ। ਸੂਟ ਵਧੀਆ ਮਨਪ੍ਰੀਤ ਤੇਰਾ, ਡਰੈੱਸ ਨਾਲੋਂ ਵੀ ਵਧੀਆ। ਹੋਰ ਕੀ ਪਤਾ ਕੀ ਹੈ ਮੈਂ ਕਿਉਂ ਪਾਇਆ ਸੀ? ਹਾਂ, ਜਦੋਂ ਪਟਿਆਲੇ ਵਾਲੀ ਸਿਲੈਕਸ਼ਨ ਹੋਈ ਸੀ ਨਾ, ਉਦੋਂ ਮੈਂ ਪਾਇਆ ਸੀ। ਅੱਛਾ 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 ਅੱਛਾ, ਸਮਝ ਕੇ ਤਾਵਾ ਕੇ ਆਈ ਹਾਂ ਮੈਂ। ਅੱਛਾ, ਮੈਂ ਹਜੇ ਜਿਹੜੇ ਵਿਚਾਰ ਨਹੀਂ ਨਾ ਬੜੇ ਆਉਂਦੇ ਨੇ ਦਿਮਾਗ 'ਚ, ਚਾਹੇ ਪਹਿਲਾਂ ਫੁਹਾਰੇ ਦਰਸ਼ਨ ਕਰ ਲਈਏ। ਫੋਟੋ ਤਾਂ ਨਹੀਂ ਖਿਚਾਣੀ ਇੱਥੇ ਫੁਹਾਰੇ? ਜਾਣੀ ਹੈ ਯਾਰ, ਫੋਟੋ ਨਹੀਂ ਪਾਣੀਆਂ ਨੇ ਆਪਾਂ। ਚੱਲ ਫਿਰ ਵਿੱਚ ਨਾ ਨਾ ਬੋਲੀ ਜਾ, ਦੇਖੋ ਤੱਤੀ ਨਾ ਹੋ ਜਾਂਦੇ ਫੋਟੋ ਵੇਚੇ ਤੇ ਫਿਰ ਲਾਂਡੇ 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 ਲਾਂਡੇ, ਜਿੱਦਾਂ ਅੰਮ੍ਰਿਤਸਰ 'ਚ ਕਰਦੇ ਛਾੜੇ 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 ਛਾੜੇ, ਹੈ ਨਾ ਆਪਾਂ, ਮੈਂ ਕਹਿ ਰਿਹਾ ਲਾਂਡੇ 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 ਲਾਂਡੇ, ਲਾਂਡੇ 'ਚ ਵੜ ਗਏ ਅੱਜ। ਆਵਾਜ਼ ਹੈ, ਖੁਸ਼ਬੂ ਬਹੁਤ ਆ ਰਹੀ ਹੈ ਮਨਪ੍ਰੀਤ, ਹੈਂ ਖੁਸ਼ਬੂ ਬਹੁਤ ਜ਼ਿਆਦਾ ਆ ਰਹੀ ਹੈ, ਘੈਂਟ ਆ ਨਾ। ਉਹ ਚੱਕਰੀ ਓਡੀ ਕਿਤੇ ਨੇ ਆਡੀਟੋਰੀਅਮ, ਬਸ ਇੱਥੇ ਨਿਕਲਣਾ ਸੀ ਪਾਗਲ, ਉੱਪਰ ਤੱਕ ਜਾਣਾ ਸੀ। ਮਨ ਵੀ ਟ੍ਰੇਨ 'ਚ ਝੂਟਾ ਲੈਣਾ, ਸਹੀ ਗੱਲ ਹੈ। ਕਿੰਨਾ ਖਤਰਨਾਕ ਐਕਸਪੀਰੀਅੰਸ ਆ ਦੇਖੋ, ਜੇ ਆਹ ਦਰਵਾਜ਼ਾ ਖੁੱਲ੍ਹ ਜਾਵੇ ਤਾਂ ਬੰਦਾ ਸਿੱਧਾ ਥੱਲੇ ਜਾਵੇ, ਪਰ ਲਿਫਟ ਆਏਗੀ ਤਾਂ ਤਾਂ ਹੀ ਖੁੱਲ੍ਹੇਗਾ। ਆਹੋ ਦੇਖੀ ਕਿੱਦਾਂ ਟ੍ਰਾਂਸਪੇਰੈਂਟ ਜੀ ਲੱਗ ਰਹੀ ਹੈ, ਆਹ ਆ ਗਈ, ਉਹ ਆ ਗਈ ਲਿਫਟ, ਆ ਗਈ, ਆ ਜਾ ਆ ਜਾ।
ਚੱਲ 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 ਥ੍ਰੀ ਲਾਸਟ ਹੈ ਆਪਣੇ ਕੋਲ ਤੇ ਕੀ ਨਾਮ ਹੈ ਤੇ ਚਾਰ ਨੇ ਆਪਣੇ ਕੋਲ ਤੇ ਵੇਵ ਵਿੱਚ ਕੀ ਅੱਛਾ ਤਿੰਨ ਫਲੋਰ ਹੀ ਹੈ ਇੱਥੇ ਬਸ ਥਰਡ ਲਾਸਟ ਹੀ ਹੈ ਉਹ ਫਿਰ ਇਹਨਾਂ ਨੇ ਨਾ ਚੌੜਾ ਜ਼ਿਆਦਾ ਬਣਾਇਆ ਉੱਚਾ ਘੱਟ ਬਣਾਇਆ ਹੈ ਹੈਨਾ ਉਹ ਹੈ ਜ਼ਿਆਦਾ ਉਹ ਸਹੀ ਗੱਲ ਹੈ ਚੜਾਈ ਤੇ ਜਾ ਲੈ ਨਾ ਆਹੋ ਆਹੋ ਜੇ ਨੰਨੂ ਆਉਂਦੀ ਨਾ ਉਹਨੇ ਇੱਥੋਂ ਨਿਕਲਣ ਨਹੀਂ ਸੀ ਦੇਣਾ ਇੰਨਾ ਸੋਹਣਾ ਬਣਿਆ ਨੰਨੂ ਆਹ ਦੇਖ ਕਿੰਨਾ ਵਧੀਆ ਬਣਿਆ ਹੋਇਆ ਖੇਡਣ ਵਾਲਾ ਬੱਚਿਆਂ ਦੇ ਹੈ ਨੰਨੇ ਸਹੀ ਗੱਲ ਆ ਨੰਨੂ ਨੇ ਨਿਕਲਣਾ ਨਹੀਂ ਸੀ ਇੱਥੋਂ ਹੈ ਨਾ ਉਹ ਕਿੰਨਾ ਵੱਡਾ ਯਾਰ ਸੈਕਸ਼ਨ ਹੈ ਨਾ ਉਹ ਜ਼ਿਆਦਾ ਵੱਡਾ ਸੈਕਸ਼ਨ ਬਣਿਆ ਹੋਇਆ ਆ ਆ ਕੋਈ ਉਹ ਬਣਦਾ ਹੈਗਾ ਕਾਰਡ ਵਗੈਰਾ ਤੇ ਸਾਹਮਣੇ ਸਾਰਾ ਮੂਵੀ ਟਿਕਟਸ ਦਾ ਸਿਸਟਮ ਹੈ ਹਾਂਜੀ ਤੇ ਹੁਣ ਕਿੰਨਾ ਸਾਰਾ ਇੰਜੋਏ ਕਰਨ ਤੋਂ ਬਾਅਦ ਅਤੇ ਅਸੀਂ ਫਾਈਨਲੀ ਚੱਲੇ ਹਾਂ ਅਤੇ ਸਾਡਾ ਵਧੀਆ ਰਿਹਾ ਹੈ ਨਾ ਵਧੀਆ ਸੀ ਨਾ ਸਾਡੇ ਵੱਲ ਅਸੀਂ ਕੰਪੇਅਰ ਕਰਨ ਆਏ ਸੀਗੇ ਆਪਣੇ ਮੋਲ ਜਿਹੜੇ ਲੁਧਿਆਣੇ ਦੇ ਮੋਲ ਹੈ ਅਤੇ ਆਹ ਮੋਲ ਨੂੰ ਅਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਯਾਰ ਬਹੁਤ ਈਜ਼ੀ ਹੈ ਬਹੁਤ ਵਧੀਆ ਇਹ ਬਹੁਤ ਜ਼ਿਆਦਾ ਖੁੱਲ੍ਹਾ ਡੁੱਲਾ ਅਤੇ ਭੀੜ ਭੜੱਕਾ ਬਿਲਕੁਲ ਨਹੀਂ ਹੈਗਾ ਘੈਂਟ ਹੈ ਨਾ ਮੈਨੇ ਨਹੀਂ ਘੈਂਟ ਐਕਸਪੀਰੀਅੰਸ ਹੈਗਾ ਨਾ ਜੇ ਆਪਾਂ ਲੁਧਿਆਣੇ ਨਾਲ ਕੰਪੇਅਰ ਕਰੀਏ ਯਾਰ ਉਹ ਲੁਧਿਆਣਾ ਦਾ ਬੈਸਟ ਹੈ ਮੈਂ ਮੋਲ ਦੀ ਗੱਲ ਕਰ ਰਿਹਾ ਨਹੀਂ ਯਾਰ ਇਹ ਜ਼ਿਆਦਾ ਵਧੀਆ ਮੈਨੂੰ ਜ਼ਿਆਦਾ ਵਧੀਆ ਲੱਗਿਆ ਘੈਂਟ ਗੱਲਬਾਤ ਸੀ ਹੈ ਨਾ ਮੋਲ ਵੀ ਵਧੀਆ ਬਾਕੀ ਸਾਰਾ ਕੋਈ ਬਹੁਤ ਵਧੀਆ ਮਨਪ੍ਰੀਤ ਮੈਨੂੰ ਪੁੱਛ ਰਹੀ ਸੀ ਮੁੜ ਮੁੜ ਕੇ ਕੀ ਦੇਖ ਰਹੇ ਹੋ ਉੱਥੇ ਗੱਲਬਾਤ ਹੀ ਇੱਦਾਂ ਦਾ ਫੋਰਨ ਤੋਂ ਉੱਪਰ ਹੋਇਆ ਵਾ ਕੰਮ ਇਹ ਸਹੀ ਗੱਲ ਹੈ ਫੋਰਨ ਤੋਂ ਵੀ ਉੱਪਰ ਹਾਂ ਸਹੀ ਗੱਲ ਹੈ ਚੰਡੀਗੜ੍ਹ ਦਾ ਨੈਕਸਟ ਲੈਵਲ ਹੋਇਆ ਵਾ ਕੰਮ ਅਤੇ ਹੁਣ ਮੈਂ ਦੇਖ ਲਓ ਚੰਡੀਗੜ੍ਹ ਜਾ ਕੇ ਵਲੌਗ ਵੀ ਕਿੱਦਾਂ ਹੈ ਸ਼ਾਨਦਾਰ ਤਰੀਕੇ ਨਾਲ ਕਰ ਰਿਹਾ ਹੈ ਨਾ ਬਿਨਾਂ ਝਿਜੇ ਲੋਕ ਦੇਖ ਰਹੇ ਆ ਪਰ ਕੋਈ ਇੱਦਾਂ ਹਾਂ ਕੋਈ ਅਜੀਬ ਤਰੀਕੇ ਨਾਲ ਨਹੀਂ ਦੇਖਦਾ ਮੈਂ ਆਰਾਮ ਨਾਲ ਇੱਥੇ ਵਲੌਗ ਕਰ ਸਕਦਾ ਪਤਾ ਨਹੀਂ ਮੈਂ ਇੱਦਾਂ ਕਿਉਂ ਕਹਿ ਰਿਹਾ ਹਾਂ ਮੈਨੂੰ ਵਧੀਆ ਲੱਗਿਆ ਯਾਰ ਬਾਹਰ ਜਾ ਰਿਹਾ ਹੁਣ ਅਸੀਂ ਬਹੁਤ ਅੱਛੇ ਬਹੁਤ ਅੱਛੇ ਗੱਡੀ ਬਹੁਤ ਗਰਮ ਹੋ ਗਈ ਹੋਣੀ ਹੈ ਯਾਰ ਐਕਚੁਅਲੀ ਨਾ ਪੰਗਾ ਇਹ ਪਿਆ ਹੋਇਆ ਸਾਡੀ ਗੱਡੀ ਦਾ ਏਸੀ ਪਹਿਚਾਨੇ ਆ ਮੈਂ ਕਿਹਾ ਸਾਡੀ ਗੱਡੀ ਦਾ ਏਸੀ ਖਰਾਬ ਹੈ ਤਾਂ ਕਰਕੇ ਫਿਰ ਸਾਨੂੰ ਜ਼ਿਆਦਾ ਮਹਿਸੂਸ ਹੋਏਗਾ ਸਵੇਰੇ ਹਾਲਾਂ ਕਿ ਠੰਡ ਲੱਗ ਰਹੀ ਸੀ ਹੈ ਨਾ ਇਹ ਹੁਣ ਪੰਗਾ ਵੀ ਗਰਮ ਹੋਣੀ ਹੈ ਗੱਡੀ ਏਸੀ ਹੁਣ ਕਰਾਵਾਂਗੇ ਸਹੀ ਉਹਦਾ ਕਰਾਉਣਾ ਹੀ ਪੈਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਣੀ ਹੈ ਤਾਂ ਕਰਕੇ ਅਤੇ ਬਾਕੀ ਹੁਣ ਚੱਲਦੇ ਹਾਂ ਕੁਛ ਖਾਵਾਂ ਪੀਵਾਂਗੇ ਠੀਕ ਹੈ ਜੀ ਅਤੇ ਫੋਟੋ ਖਿਚਾ ਲਈਏ ਉੱਥੇ ਆ ਜਾਓ ਫਿਰ ਆ ਜਾਓ ਚੰਡੀਗੜ੍ਹ ਬਹੁਤ ਵੱਡਾ ਮੋਲ ਹੈ ਉਹ ਬਹੁਤ ਬੜਾ ਯਾਰ ਬਹੁਤ ਬੜਾ ਵੈਰੀ ਬਿਗ ਹਿਊਜ ਅਤੇ ਹੁਣ ਅਸੀਂ ਖੜੇ ਹਾਂ ਕੁੜੀਆਂ ਦੀ ਫੇਵਰੇਟ ਥਾਂ 'ਤੇ ਗੋਲ ਗੱਪੇ ਇੱਥੇ ਡੁੱਲਣਾ ਹੀ ਡੁੱਲਣਾ ਦਿਖਣੇ ਚਾਹੀਦੇ ਗੋਲ ਗੱਪੇ ਯਾਰ ਚਲੋ ਖਾ ਲਓ ਕੋਈ ਗੱਲ ਖਾ ਲਾਂਗੇ ਕਿੱਦਾਂ ਲੱਗਿਆ ਫਿਰ ਯਾਰ ਚੰਡੀਗੜ੍ਹ ਦਾ ਬਸ ਇੱਕ ਮੇਰਾ ਬੈਡ ਐਕਸਪੀਰੀਅੰਸ ਹੈ ਜਿਹੜਾ ਈ ਰਿਕਸ਼ਾ ਮਨੀ ਕਿਹੜਾ ਬਾਈਕ ਇਲੈਕਟ੍ਰਿਕ ਬਾਈਕ ਜਿਹੜੀ ਉਹ ਇਲੈਕਟ੍ਰਿਕ ਨਹੀਂ ਸਮਾਰਟ ਬਾਈਕ ਦਾ ਐਕਸਪੀਰੀਅੰਸ ਬਹੁਤ ਬੈਡ ਸੀਗਾ ਬਾਕੀ ਆਲ ਓਵਰ ਚੰਡੀਗੜ੍ਹ ਯਾਰ ਬੈਸਟ ਹੈ ਬਹੁਤ ਵਧੀਆ ਇੱਥੇ ਸਾਰਾ ਕੁਛ ਸਿਸਟਮ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਸਮਾਰਟ ਬਾਈਕ ਦਾ ਤੁਸੀਂ ਕਿੱਥੇ ਐਕਸਪੀਰੀਅੰਸ ਉਹ ਯਾਰ ਸਮਾਰਟ ਬਾਈਕ ਚੱਲੀ ਨਹੀਂ ਸੀ ਪੈਸੇ ਕੱਟ ਲਏ ਸੀ ਬਟ ਚੱਲੀ ਨਹੀਂ ਸੀ ਹੈਗੀ ਪੈਸੇ ਵੀ ਕੱਟੇ ਗਏ ਸੀਗੇ
ਤੇ ਲੋਕਡ ਹੀ ਰਹੀ ਉਹ, ਖੁੱਲੀ ਨਹੀਂ, ਓਪਨ ਹੀ ਨਹੀਂ ਹੋਈ ਸੀ, ਤਾਂ ਕਰਕੇ ਉਹ ਇੱਕ ਵਾਰੀ ਵੀਡੀਓ ਬਣਾਈ ਸੀਗੀ ਆਪਾਂ, ਤੇ ਬਹੁਤ ਵਧੀਆ, ਯਾਨੀ ਕਿ ਮਜ਼ਾ ਆਇਆ ਵੀ ਯਾਰ ਮੈਨੂੰ ਇਲਾਂਟੇ ਮੋਲ ਵਾਕਈ ਬੜਾ ਮਨੀ ਪਸੰਦ ਆਇਆ ਯਾਰ। ਸਾਰਾ ਕੁਛ ਜਿਵੇਂ ਹੁੰਦਾ ਨਾ ਕਈ ਮੋਲਾਂ ਚ ਹੋਚ ਪੋਚ ਹੋ ਜਾਂਦਾ, ਸਾਰਾ ਕੁਛ ਸਮਝ ਨੀ ਆਉਂਦੀ ਕਿੱਦਾਂ ਨੂੰ ਜਾਣਾ ਕਿੱਦਾਂ, ਏਦਾਂ ਨੀ ਇਲਾਂਟੇ ਮੋਲ ਐਨੂੰ ਬਹੁਤ ਮਤਲਬ ਪਰਫੈਕਟ ਜਿਹਾ ਲੱਗਿਆ, ਪਤਾ ਨੀ ਮੈਨੂੰ ਕਿਉਂ, ਤੇ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਚੰਡੀਗੜ੍ਹ ਹੈ ਨਾ ਇਹਦਾ, ਇਲਾਂਟੇ ਮੋਲ ਦਾ। ਤੇ ਹੁਣ ਨੰਨੂ ਸਾਡੀ ਬਾਰ ਬਾਰ ਫੋਨ ਕਰੀ ਜਾ ਰਹੀ ਹੈ, ਉਦਾਸ ਹੋਈ ਪਈ ਹੈ ਨਾ, ਰੋਈ ਜਾ ਰਹੀ ਹੈ, ਉਹਦੇ ਅੱਜ ਸੂਈ ਲੱਗੀ ਹੋਈ ਹੈ, ਐਂ ਟੈਸਟ ਕਰਵਾਇਆ ਨਾ ਤਾਂ ਕਰਕੇ, ਤੇ ਹੁਣ ਬਾਰ ਬਾਰ ਫੋਨ ਕਰੀ ਜਾ ਰਹੀ ਹੈ ਮੇਰੇ ਵਾਸਤੇ ਆਹ ਲੈ ਕੇ ਆਇਆ, ਐਕਚੁਅਲੀ ਜੋ ਉਦਾਸ ਹੋਈ ਪਈ ਹੈ ਨਾ। ਹਾਂ ਫਿਰ ਮਾਂ ਨੂੰ ਬਾਰ ਬਾਰ ਮੰਮਾ ਨਾਲ ਮੇਰੀ ਗੱਲ ਕਰਾਓ, ਮੰਮਾ ਨਾਲ ਮੇਰੀ ਗੱਲ ਕਰਾਓ, ਸਹੀ ਗੱਲ। ਅਸੀਂ ਦੇਖ ਰਹੇ ਸੀ ਵੀ ਉੱਥੇ ਨਾ ਮਤਲਬ ਜਿਹੜੇ ਨਾਲ ਸਾਡੀ ਗੱਡੀ ਸੀ ਹੈ, ਦੋ ਸਰਦਾਰ ਸੀਗੇ, ਉਹ ਵਿਚਾਰੇ ਕਦੀ ਉਹਦਾ ਡਾਇਪਰ ਚੇਂਜ ਕਰਨ, ਕਦੀ ਉਹਨੂੰ ਕਿੱਥੇ ਲੈ ਕੇ ਜਾਣ, ਕਦੀ ਉਹਨੂੰ ਕੀ ਕਰਨ, ਹੈਂ ਇੱਕ ਇੱਕ ਬੰਦਾ ਸਾਡੇ ਸਾਹਮਣੇ ਉਹ ਨਿੱਕੀ ਜਿਹੀ ਕੁੜੀ ਉਹਨੂੰ ਪੋਟੀ ਆ ਗਈ, ਉਹਨੇ ਵਿਚਾਰੇ ਨੇ ਪੋਟੀ ਨਾਲੇ ਸਾਫ਼ ਕੀਤੀ, ਫਿਰ ਇਹਨਾਂ ਹੱਥ ਆਪਣੇ ਵੀ ਧੋਏ, ਫਿਰ ਉਹਨੂੰ ਇਹਨਾਂ ਉਹਨੂੰ ਲੈ ਕੇ ਆਇਆ ਯਾਰ। ਸਹੀ ਗੱਲ ਆ, ਮੈਨੂੰ ਨੰਨੂ ਦੀ ਯਾਦ ਆਏਗੀ, ਮੈਂ ਕਿਹਾ ਯਾਰ ਨੰਨੂ ਨਾਲ ਆਇਆ, ਉਹਨੇ ਵੀ ਸਾਨੂੰ ਬੜਾ ਐਦੀ ਕਹਿਣਾ ਸੀ, ਆਹੀ ਕੰਮ ਕਰਦੇ ਯਾਰ। ਗਰਮੀ ਜ਼ਿਆਦਾ ਹੋ ਗਈ ਸੀ ਤੇ ਰਸ ਵਾਲੀ ਦੁਕਾਨ ਤੇ ਰੁਕੇ ਆ, ਦੁਕਾਨ ਤੇ ਕਹਿ ਤਾ, ਹਾਂ ਰਸ ਵਾਲੀ ਫੜੀ ਤੇ ਰੁਕੇ ਆ। ਤੇ ਮਨਪ੍ਰੀਤ ਤੂੰ ਕੀ ਪੀਣਾ? ਲੈਮਨ ਜੂਸ। ਠੀਕ ਹੈ ਜੀ, ਮਨਪ੍ਰੀਤ ਲੈਮਨ ਪੀ ਗਿਆ, ਅਸੀਂ ਪੀਏ ਗੰਨੇ ਦਾ ਰਸ, ਮਿੱਠਾ ਮਿੱਠਾ। ਆਹ ਫਾਇਦਾ ਤਾਂ ਇੱਕ ਵਾਰੀ ਪੀਓ ਤੇ ਫਿਰ ਭਰਾ ਲਓ ਪੈਸੇ ਉਨੇ ਹੀ। ਇੱਕ ਗੱਲ ਬੜੀ ਵਧੀਆ ਲੱਗਦੀ ਹੈ ਵੀ ਜਦੋਂ ਹੈ ਨਾ ਏਦਾਂ ਆਪਣੇ ਬੰਦੇ ਪੰਜਾਬੀ ਆਪਣੇ ਭਰਾ ਹੈ ਨਾ, ਹੈ ਨਾ ਉਹਨਾਂ ਨੂੰ ਵੇਖਦੇ ਹਾਂ ਆਪਾਂ ਵੀ, ਹਾਂ ਯਾਰ ਉਹ ਲਾ ਕੇ ਬੈਠੇ ਨੇ, ਫਿਰ ਉਹਨਾਂ ਕੋਲੋਂ ਪੀਣ ਦਾ ਵੱਖਰਾ ਹੀ ਸਵਾਦ ਹੈ, ਕਿਉਂਕਿ ਪਰਦੇਸੀ ਬਾਬੂਆਂ ਕੋਲੋਂ ਤੇ ਪੀਂਦੇ ਰਹਿੰਦੇ ਖਾਂਦੇ ਰਹਿੰਦੇ, ਆਪਾਂ ਆਪਣੇ ਪੰਜਾਬੀ ਭਰਾਵਾਂ ਕੋਲੋਂ ਖਾਇਆ ਪੀਆ ਕਰੋ, ਸਹੀ ਗੱਲ ਹੈ ਨਾ। ਮਤਲਬ ਮੋਸਟਲੀ ਤੁਸੀਂ ਇਹ ਦੇਖਿਆ ਕਰੋ ਕਿ ਪੰਜਾਬੀ ਹੈਗਾ ਤਾਂ ਉਹਦੇ ਕੋਲੋਂ ਖਾਇਆ ਕਰੋ, ਠੀਕ ਹੈ ਨਾ। ਹਾਂ ਜੇ ਨਹੀਂ ਹੈਗਾ, ਇਨ ਕੇਸ ਸਾਨੂੰ ਜ਼ਰੂਰਤ ਹੈਗੀ ਹੈ, ਮਜਬੂਰੀ ਹੈ, ਫਿਰ ਤਾਂ ਕੋਈ ਇਸ਼ੂ ਨਹੀਂ ਹੈਗਾ, ਪਰ ਜੇ ਪੰਜਾਬੀ ਹੈਗਾ ਤਾਂ ਪੰਜਾਬੀ ਕੋਲ ਜਾਇਆ ਕਰੋ ਯਾਰ, ਹੈ ਨਾ। ਆਹੀ ਯਾਰ ਡਿਸਕ੍ਰਿਮੀਨੇਸ਼ਨ, ਆਪਣੇ ਪੰਜਾਬ ਦੀ ਗੱਲ ਕਰ ਰਹੇ ਹਾਂ, ਆਪਣੇ ਪੰਜਾਬ 'ਚ ਪੰਜਾਬੀਆਂ ਆਪਣੇ ਪਹਿਲ ਹੋਣੀ ਚਾਹੀਦੀ ਹੈ, ਮਤਲਬ ਉੱਦਾਂ ਤਾਂ ਕੋਈ ਇਸ਼ੂ ਨਹੀਂ ਹੈਗੀ, ਪਰ ਪਹਿਲ ਪੰਜਾਬੀਆਂ ਦੀ ਹੋਣੀ ਚਾਹੀਦੀ ਹੈ, ਜੇ ਹਰਿਆਣੇ 'ਚ ਤੇ ਹਰਿਆਣਵੀਆਂ ਨੂੰ ਪਹਿਲ ਹੋਣੀ ਚਾਹੀਦੀ ਹੈ, ਰਾਜਸਥਾਨ 'ਚ ਰਾਜਸਥਾਨੀਆਂ ਨੂੰ ਪਹਿਲ ਹੋਣੀ ਚਾਹੀਦੀ ਹੈ, ਜਿੱਥੇ ਦਾ ਜਿਹੜੀ ਸਟੇਟ ਹੈ ਉਹਨੂੰ ਉਹਨੂੰ ਪਹਿਲ ਮਿਲਣੀ ਚਾਹੀਦੀ ਹੈ, ਠੀਕ ਹੈ ਨਾ। ਹੁਣ ਮਨਮੋਜੀ ਵਲੋਗਰਾਂ ਨੂੰ ਲੱਗੀ ਸੀ ਭੁੱਖ, ਅਤੇ ਆਪਾਂ ਦੇਖੋ ਢਾਬੇ ਦੇ ਰੁਕੇ ਹਾਂ, ਕਿੰਨੀ ਸੋਹਣੀ ਲੋਕੇਸ਼ਨ ਆ, ਇੱਧਰ ਦੇਖੋ ਸਾਹਮਣੇ ਸੜਕ ਹੈ, ਚਾਰੋਂ ਤਰਫ ਖੇਤ ਖੜੇ ਆ, ਪਿੱਛੇ ਖੇਤ ਹੀ ਖੇਤ ਨੇ ਇੱਧਰ, ਹੈ ਨਾ, ਘੈਂਟ ਲੋਕੇਸ਼ਨ ਆ ਉੱਦਾਂ, ਹੈ ਨਾ, ਬਿਊਟੀਫੁੱਲ ਲੋਕੇਸ਼ਨ ਆ ਮੰਨੀ, ਹੈ ਨਾ, ਲੋਕੇਸ਼ਨ ਬਹੁਤ ਸੋਹਣੀ ਹੈ ਯਾਰ। ਬਸ ਟੇਬਲ ਟੂਬਲ ਥੋੜ੍ਹੇ ਜਿਹੇ ਸਾਫ਼ ਹੋਣ ਨਾ, ਹੋਰ ਮਜ਼ਾ ਆਵੇ।
ਟੇਬਲ ਟੂਬਲ ਸਾਫ ਹੋਣ, ਹੋਰ ਮਜ਼ਾ ਆਵੇ। ਹਾਂਜੀ, ਅਤੇ ਹੁਣ ਖਾਣਾ ਖਾ ਲਿਆ, ਪੇਟ 'ਤੇ ਭਰ ਗਿਆ, ਕਿਉਂ ਗੱਲ ਇੱਦਾਂ ਹੋਈ ਵੀ ਖਾਣਾ ਤਾਂ ਅਸੀਂ ਖਾ ਲਿਆ ਪਰ ਧੱਕੇ ਨਾਲ ਖਾਣਾ ਪਿਆ ਵੀ ਇੰਨਾ ਜ਼ਿਆਦਾ, ਮਤਲਬ ਮੈਂ ਕਦੀ ਵੀ ਪਤਾ ਨਹੀਂ ਕਿੰਨੇ ਸਾਲ ਹੋ ਗਏ ਵੀ ਇੰਨਾ ਟੇਸਟਲੈਸ ਖਾਣਾ, ਕਿਸੇ ਛੋਟੀ ਵੀ ਛੋਟੀ ਤੋਂ ਵੀ ਢਾਬੇ ਦੇ ਸ਼ੋਪ 'ਤੇ ਚਲ ਜਾਓ ਨਾ, ਇੰਨਾ ਸਵਾਦ ਖਾਣਾ ਬਣਾਉਂਦੇ ਨੇ। ਹੈਂ, ਅਸੀਂ ਇੱਕ ਵਾਰੀ ਉੱਥੇ ਚਲੇ ਗਏ ਪਠਾਨਕੋਟ ਰਾਤ ਨੂੰ, ਅਤੇ ਜਾਣਾ ਸੀ ਉੱਥੇ, ਨਾਲ ਹੀ ਨਾ ਬੰਦੇ ਪੈੱਗ ਲਾ ਰਹੇ ਅਤੇ ਨਾਲ ਹੀ ਉਹਦਾ ਢਾਬਾ ਸੀਗਾ, ਅਤੇ ਉਹਨੇ ਸਾਨੂੰ ਵੀ ਬੰਦੇ ਨੇ ਨਾ ਇੰਨਾ ਸੋਹਣਾ ਯਾਨੀ ਕਿ ਬਿਠਾਇਆ ਸਾਈਡ 'ਤੇ, ਕਹਿੰਦਾ ਤੁਸੀਂ ਬੈਠੋ ਖਾਓ, ਹੈ ਨਾ, ਭਾਵੇਂ ਬੈਠਣ ਵਾਲੀ ਜਗ੍ਹਾ ਭਾਵੇਂ ਠੀਕ ਠਾਕ ਸੀ, ਬਹਿਣ ਨੂੰ ਵੀ ਪ੍ਰੋਪਰ ਜਗ੍ਹਾ ਵੀ ਨਹੀਂ ਸੀ ਹੈਗੀ, ਪਰ ਖਾਣਾ ਉੱਥੇ ਦਾ ਇੰਨਾ ਸਵਾਦ ਸੀ ਨਾ, ਓਏ ਹੋਏ, ਹੁਣ ਸਾਡਾ ਮਨ ਹੈ ਵੀ ਜਦੋਂ ਵੀ ਉੱਧਰੋਂ ਜਾਈਏ ਉੱਥੋਂ ਹੀ ਖਾਣਾ ਖਾਵਾਂਗੇ ਉਹਨਾਂ ਕੋਲੋਂ, ਠੀਕ ਹੈ ਨਾ। ਅਤੇ ਆਹ ਪੈਸੇ ਇੰਨੇ ਸਾਰੇ ਲਾਏ ਹੋਏ, ਖਾਣਾ ਇੰਨਾ ਜ਼ਿਆਦਾ, ਨਾਲ ਹੋਰ ਵੀ ਬੈਠੇ ਸੀਗੇ, ਉਹ ਸਾਡੇ ਕਰਕੇ ਆਪਾਂ ਰੁਕੇ ਨਾ, ਆਪਣੇ ਕਰਕੇ ਰੁਕ ਗਏ ਉਹ ਵੀ, ਅਤੇ ਵਿਚਾਰੇ ਉਹ ਵੀ ਫਸ ਗਏ, ਇੰਨਾ ਉਹ ਵੀ ਗਾਲਾਂ ਕੱਢਦੇ ਪਏ ਸੀ, ਇੰਨਾ ਗੰਦਾ ਖਾਣਾ ਬਣਾਇਆ ਪਿਆ ਸੀ। ਆਹੋ, ਹਾਂ, ਅਤੇ ਪੈਸੇ ਇੰਨੇ ਨੇ, ਬਹੁਤ ਗੰਦ ਪਾਇਆ ਹੋਇਆ ਯਾਰ, ਜਮਾ ਹੀ ਦਾਲ, ਅਤੇ ਅਸੀਂ ਸ਼ਾਹੀ ਪਨੀਰ ਅਤੇ ਦਾਲ ਲਈ ਹੈ ਗਏ, ਮੈਨਿਊ ਐਂ ਬੜਾ ਵੱਡਾ ਹੈ, ਮੈਨਿਊ ਤੇ ਐਂ ਬੋਲਦਾ ਮੈਂ, ਪਤਾ ਨਹੀਂ ਸਾਰਾ ਕੁਛ ਰੱਖਿਆ ਹੋਇਆ, ਅਸੀਂ ਕਿਹਾ ਚੱਲ ਆਏਗਾ ਮਲਾਈ ਕੋਫਤਾ, ਫਿਰ ਆ ਗਿਆ ਨਹੀਂ ਮਲਾਈ ਕੋਫਤਾ ਤਾਂ ਨਹੀਂ ਹੈ, ਬੁਰਜੀ ਲੈ ਲੀਜੀ, ਲੈ ਦੱਸ ਯਾਰ, ਮੂਡ ਖਰਾਬ ਕਰਤਾ ਯਾਰ ਸਾਰਾ, ਹੁਣ ਖਾ ਲਿਆ ਪੇਟ ਭਰ ਲਿਆ ਪਰ ਪੇਟ ਖਰਾਬ ਨਾ ਹੋ ਜਾਵੇ, ਸਹੀ ਗੱਲ ਸਰ, ਇੰਨਾ ਗੰਦਾ ਖਾਣਾ ਸੀ ਨਾ, ਕਹਿਣਾ ਨਹੀਂ ਚਾਹੀਦਾ ਸਹੀ ਗੱਲ ਖਾਣੇ ਨੂੰ ਇੱਦਾਂ, ਪਰ ਇਹਨਾਂ ਨੇ ਜਿਵੇਂ ਟੇਸਟਲੈਸ ਬਣਾਇਆ ਸੀ ਯਾਰ।